असं जानना चाहोंगे जी, इतने एक स्टॉल लगे हुआ जी पंजाब का पुरातन विरासत सभ्याचार, तो असं रिक्वेस्ट करांगे जी कि प्लीज़ थोड़ा जहा दिखा दो। तो पहला नाम जानना चाहते जी, सत श्रीकाल जी। पब्लिक थानू देख रही जी यूट्यूब मीडिया कवरेज से, तो पहला तो अपना नाम दसो जी। मेरा नाम करमजीत कौर जी। खरड़ तो जी। जी जी खरड़ तो। मैडम तुम दसना चाहोगे ये सब की है, तो एक इन्ना पुराना मतलब पंजाबी सभ्याचार सामभ के रखा हुआ एज आ विरासत के तौर पर समान दसो जी। ਗੜਵੀ ਪਿੱਤਲ ਦੇ ਗਲਾਸ ਵਗੈਰਾ ਚਮਚ ਵਗੈਰਾ ਜੀ ਚਮਚ ਸਾਡੇ ਕਲਸੀ ਦੇ ਤੁਸੀਂ ਦੇਖ ਸਕਦੇ ਕਿੰਨੇ ਸਾਲ ਪੁਰਾਣੇ ਹੋਣੇ ਜੀ ਕੋਈ ਇਹ ਵੀ 60 ਤੋਂ 65 ਸਾਲ ਪੁਰਾਣੇ ਜੀ ਜੀ 60 ਤੋਂ 65 ਸਾਲ ਪੁਰਾਣੇ ਜੀ ਉਦੋਂ ਪੰਜਾਬ ਦੇਖੋ ਕਿੰਨਾ ਪੁਰਾਣਾ ਕਲਸੀ ਦਾ ਚਮਚ ਜੀ ਕਲਸੀ ਦੇ ਚਮਚ ਹੈਗੇ ਜੀ 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 ਤੇ ਇਹਦੇ ਵਿੱਚ ਪਹਿਲੇ ਆਪਾਂ ਜਿਹੜੇ ਸਾਡੇ ਬਜ਼ੁਰਗ ਸੀ खा पी के सेहत भी बहुत ठीक रही सारे अपने घर वरतना चाहिए जिस तरह कढ़ाई होगी पित्तल की पतीले हो गए जी है ना जी ते पित्तल दे अपने ग्लास हो गए देखो आ देखो जी जी कुछ पक्षियां पई जी पुराने जमाने दी ਧੂਬੱਤੀ ਵਗੈਰਾ ਕੋਈ ਧਾਰਮਿਕ ਹਾਂਜੀ ਬਿਲਕੁਲ ਅੱਜ ਕੱਲ ਇਹ ਨਹੀਂ ਚੱਲ ਰਹੇ ਅੱਜ ਕੱਲ ਤਾਂ ਲੋਕ ਫੈਂਸੀ ਹੋ ਗਏ ਜੀ 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 ਉਹ ਪੱਖੀਆਂ ਜੀ ਆਪਣੇ ਜੀ ਅਸੀਂ ਘਰ ਖੁਦ ਬਣਾਈਆਂ ਸੀ ਤਿਆਰ ਕਰਕੇ ਜੀ ਆ ਦੇਖੋ ਅਸੀਂ ਆ ਬਣਾਈਆਂ ਚਾਲੇ ਵਗੈਰਾ ਅਸੀਂ ਆਪ ਲਾਈ ਹੋਈ ਸਭ ਤੁਸੀਂ ਬੜੀ ਸੁਣਾ ਲਵਾ ਦਿੰਦੇ ਘਰ ਵਿੱਚ ਜੋ ਲਾਈਟ ਚੱਲਦੀ ਹੈ ਉਹਨਾਂ ਨੂੰ ਯੂਜ਼ ਕਰ ਸਕਦੇ ਜੀ 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 ਬਹੁਤ ਵਧੀਆ ਜੀ ਤੇ ਇਹ ਕੀ ਹੈ ਜੀ ਇਹ ਹੈ ਮਲਟੋ ਜੀ ਵੋਲਟੋ ਹੀ ਹਾਂਜੀ ਇਹ ਗਾਗਰ ਵਗੈਰਾ ਇਹ ਗਾਗਰ ਤੋਂ ਲੱਗਦੇ ਨਹੀਂ ਗਾਗਰ ਹੋਰ ਹੁੰਦੇ ਆ ਗਾਗਰ ਦੀ ਜਿਹੜੀ ਗਰਦਨ ਆ ਉੱਪਰ ਹੁੰਦੀ ਹੈ ਜੀ 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 ਵੋਲਟੋ ਇਹ ਨੂੰ ਵੋਲਟੋ ਹੀ ਕਹਿੰਦੇ ਇਹ ਵਿੱਚ ਪੁਰਾਣੇ ਸਮਿਆਂ ਵਿੱਚ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸੀ ਤਾਂ ਉਹਨਾਂ ਵਿੱਚ ਇਹ ਵਿੱਚ ਦਾਲ ਬਣਾਈ ਜਾਂਦੀ ਸਬਜ਼ੀਆਂ ਬਣਾਈਆਂ ਜਾਂਦੀਆਂ ਜੀ ਜੀ ਦੁੱਧ ਗਰਮ ਕੀਤਾ ਜਾਂਦਾ ਸੀ ਜੀ ਪੂਰ ਵਗੈਰਾ ਕੁਝ ਵੀ ਆਪਾਂ ਇੱਥੇ ਬਣਾ ਸਕਦੇ ਸੀ ਇਹ ਨਿਸ਼ਾਨੀ ਹੈ ਤੇ ਉਹ ਕੀ ਹੈ ਜੀ ਬਾਲਟੀ ਕੁਝ ਹੋਰ ਸਮਾਨ ਵੀ ਹੈ ਇੱਥੇ ਹੈ ਜੀ ਇਹ ਇਹ ਬਾਲਟੀ ਹੈ ਜੀ ਅੱਛਾ ਜੋ ਆਪਾਂ ਪਿੱਤਲ ਦੀ ਅਚਰ ਕੇ ਦੇ ਘਰ ਸੀ ਤੇ ਆਪਾਂ ਧਾਰ ਚੋਂ ਜਾਂਦੇ ਸੀ ਜੀ 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 ਸਪੈਸ਼ਲ ਵਰਤੇ ਜਾਂਦੇ ਪਾਣੀ ਵਾਸਤੇ ਵਰਤਣਾ ਜਾਂਦੇ ਸੀ ਕਹਿੰਦੇ ਖੂਹਾਂ ਤੋਂ ਪਾਣੀ ਲੈਣ ਜਾਂਦੇ ਸੀ ਜੀ ਆਪਾਂ ਜੀ ਇੱਥੇ ਇੱਕ ਕੋਟਨਾ ਵੀ ਸ਼ਾਇਦ ਪੈਸੀ ਸ਼ਾਇਦ ਕੋਈ ਸੇਮੀਆਂ ਦੀ ਕੋਈ ਸੀਗੀ ਆਈਟਮ ਜੀ ਕੋਟੋ ਜਿਹੜੀ ਸੇਮੀਆਂ ਬਟਨ ਵਾਲੀ ਕੋ ਮਸ਼ੀਨ ਸੀ ਪਤਾ ਕਿੰਨੇ ਹਜੇ ਪਤਾ ਕਰ ਗਏ ਅੱਛਾ ਅੱਛਾ ਜੀ ਜੀ ਠੀਕ ਹੈ ਠੀਕ ਹੈ ਕੋਟਨਾ ਜੀ ਇਹਨਾਂ ਆਪਾਂ ਸਾਫ ਕੋਟ ਦੇ ਜੀ ਸਪੈਸ਼ਲ ਸੋ ਇਹ ਇਸ ਕਰਕੇ ਇਹ ਸਾਡੀ ਕਾਂਸੀ ਦੀ ਥਾਲੀ ਜੀ ਜੀ ਇਹ ਖਾਣਾ ਪਰੋਸਿਆ ਜਾਂਦਾ ਸੀ सो बहुत ही विस्तृत तौर के उत्ते इन्होंने बहुत जानकारी दी भरपूर जानकारी बहुत ज़्यादा बड़े लैवल से सो बहुत बहुत धन्यवाद शुक्रिया जी पब्लिक नूं इह दस्सण दे लई कि पुराना पंजाबी सभ्याचार का समान हैगा तो इहदी वैल्यू की है तो उदों सेहत किन्नी ठीक रहिंदी सी इहनूं यूज़ करना चाहिए घर ਇਸ ਤਰ੍ਹਾਂ ਦੋ ਕਟੋਰੀਆਂ ਹੋ ਗਈਆਂ ਪਿੱਤਲ ਦੀਆਂ ਦੋ ਗਲਾਸ ਕਰੀਆਂ ਸੀ ਹੈ ਨਾ ਤੇ ਇਹ ਗਲਾਸ ਇਹ ਬਹੁਤ ਫਾਇਦੇਮੰਦ ਹੈ ਇਸ ਤਰ੍ਹਾਂ ਮਤਲਬ ਪਾਣੀ ਪੀ ਲੈਣਾ ਚਾਹੀਦਾ ਜੀ ਜੀ ਰੋਜ਼ ਇਹਨੂੰ ਜੂਸ ਕਰੋ ਤੇ ਇਹ ਮਤਲਬ ਇਹਦੇ ਇਹਦੇ ਵਿੱਚ ਪਾਣੀ ਪੀ ਕੇ ਜ਼ਿਆਦਾ ਵਿੱਚ ਆਪਾਂ ਇਹਨਾਂ ਚੀਜ਼ਾਂ ਦਾ ਖਾਣਾ ਖਾਂਦੇ ਆਂ ਦਾ ਫਾਇਦੇਮੰਦ ਰਹਿੰਦਾ ਹਾਂਜੀ ਹੈਲਥ ਵਾਸਤੇ ਵਧੀਆ ਜੀ ਜੀ ਹਾਂਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਇੰਟਰਵਿਊ ਦੇਣ ਦੇ ਲਈ ਸੋ